ਉਹਨ ਇੱਕ ਮੰਦਾ ਜਿਹੜਾ ਪੀਂਦਾ ਪਿਆ ਉਹਨੂੰ ਮਜ਼ਾ ਨਹੀਂ ਆਉਂਦਾ ਪਿਆ ਪਰ ਉਹ ਲੜਾਈ ਝਗੜੇ ਤੇ ਉੱਤਰ ਜਾਂਦਾ ਅਨਕੌਂਸ਼ੀਅਸ ਹੋ ਜਾਂਦਾ ਬਿਓਸ਼ ਹੋ ਜਾਂਦਾ ਉੱਥੋਂ ਚੁੱਕ ਕੇ ਲਿਆਣਾ ਪੈਂਦਾ ਜਾਂ ਉਹਦਾ ਕੋਈ ਸਿਸਟਮ ਖਰਾਬ ਹੋ ਜਾਂਦਾ ਜਾਂ ਉਹਦਾ ਲਿਵਰ ਡੈਮੇਜ ਹੋ ਜਾਂਦਾ ਤੇ ਤੁਸੀਂ ਕੀ ਕਹੋਗੇ ਸੇਮ ਥਿੰਗ ਕਹਾਂਗੇ ਪੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਕਿਉਂਕਿ ਕੌਨਸੀਕਵੈਂਸਿਸ ਇਨਸਾਨ ਨੂੰ ਇਹ ਕਰਦੀ ਹੈ ਕਿ ਐਸ ਕੰਮ ਨੂੰ ਕਰਨਾ ਹੈ ਕਿ ਐਸ ਕੰਮ ਨੂੰ ਨਹੀਂ ਕਰਨਾ ਅਸੀਂ ਸਾਰੇ ਕੌਨਸੀਕਵੈਂਸਿਸ ਤੋਂ ਸਮਝਦੇ ਹਾਂ ਅਸੀਂ ਸਾਰੇ ਜਿੰਨੀਆਂ ਗਲਤੀਆਂ ਕਰਦੇ ਆ ਨਾ ਗਲਤੀਆਂ ਤੋਂ ਬਾਅਦ ਫਿਰ ਸਮਝਦੇ ਆ ਪੀ ਇਹ ਗਲਤੀ ਨਹੀਂ ਕਰਨੀ ਫਿਰ ਆਪਾਂ ਹੋਰ ਨਵੀਆਂ ਗਲਤੀਆਂ ਕਰਦੇ ਆ ਫਿਰ ਆਪਣੇ ਆਪ ਨੂੰ ਸਮਝਾਉਂਦੇ ਆ ਇਹ ਗਲਤੀ ਨਹੀਂ ਕਰਨੀ ਫਿਰ ਹੋਰ ਨਵੀਆਂ ਗਲਤੀਆਂ ਕਰਦੇ ਆ ਫਿਰ ਇੱਕ ਦਿਨ ਸਮਝਦੇ ਆ ਕਿ ਨਹੀਂ ਇਹ ਗਲਤੀ ਨਹੀਂ ਕਰਨੀ ਫਿਰ ਅਲਟੀਮੇਟਲੀ ਇੱਕ ਦਿਨ ਹੁੰਦਾ ਕਿ ਗਲਤੀਆਂ ਖਤਮ ਹੋ ਜਾਂਦੀਆਂ ਫਿਰ ਬੰਦਾ ਕਹਿੰਦਾ ਠੀਕ ਹੋ ਗਿਆ ਸੁਧਰ ਗਿਆ ਪਰ ਕਦੀ ਕੋਈ ਬੰਦਾ ਹੁੰਦਾ ਗਲਤੀਆਂ ਕੀਤੇ ਬਗੈਰ ਹੀ ਸੁਧਰ ਜਾਏ ਕਿ ਸਾਰੇ ਉਹ انسان ਆ ਜਿਹੜੇ ਗਲਤੀਆਂ ਕਰ ਕਰਕੇ ਕਰ ਕਰਕੇ ਇੱਕ ਦਿਨ ਗਲਤੀਆਂ ਹੀ ਖਤਮ ਹੋ ਗਈਆਂ ਹੁਣ ਲਾਈਫ ਤੇ ਰਹੀ ਨਹੀਂ ਗਲਤੀ 6000 ਗਲਤੀਆਂ ਕਰਨੀਆਂ ਸੀ 6000 ਗਲਤੀਆਂ ਕਰ ਲੀਆਂ ਆਪਣਾ ਕੋਟਾ ਪੂਰਾ ਕਰ ਲਿਆ ਹੁਣ ਕਹਿੰਦਾ ਯਾਰ ਬੰਦਾ ਮੈਂ ਤਾਂ ਸੁਧਰ ਹੀ ਜਾਣਾ ਬਸ ਸਾਡਾ ਪੇਸ਼ੈਂਟ ਦਾ ਹੀ ਹਾਲ ਹੈ ਪਰ ਇਹ ਹੈ ਕਿ ਇੱਕ ਜਿਹੜਾ ਬਿਮਾਰ ਇਨਸਾਨ ਹੈ ਨਾ ਇਹ 6000 ਗਲਤੀਆਂ ਕਰਕੇ ਵੀ ਨਹੀਂ ਸੁਧਰਦਾ ਉਹ 6000 ਇੱਕ ਕਰੇਗਾ ਉਹਦੀ ਉਦੇਖ ਵਾਸਤੇ ਤੇ ਜਿੰਨੀ ਦੇਰ ਜ਼ਿੰਦਗੀ ਪਈ ਹੈ ਨਾ ਉਹਨੇ ਨਵੀਂ ਗਲਤੀ ਕਰੀ ਜਾਣੀ ਹੈ ਬਲਕਿ ਨਵੀਂ ਗਲਤੀ ਕੀ ਕਰਨੀ ਉਹਨੇ ਪੁਰਾਣੀਆਂ ਗਲਤੀਆਂ ਫਿਰ ਦੁਹرائی ਜਾਣੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇੱਕ ਜਿਹੜਾ ਮੈਂਟਲੀ ਸਿਕ ਪੇਸ਼ੈਂਟ ਹੈ ਜਾਂ ਇੱਕ ਐਡਿਕਟ ਪੇਸ਼ੈਂਟ ਹੈ ਨਾ ਉਹ ਸੇਮ ਗਲਤੀਆਂ ਫਿਰ ਦੁਹرائی ਜਾਂਦਾ ਤੇ ਸੋਚਦਾ ਹੈ ਕਿ ਮੈਨੂੰ ਰਿਜ਼ਲਟ ਚੰਗਾ ਮਿਲ ਜਾਏਗਾ ਇੱਕ ਦਿਨ ਮੈਨੂੰ ਵਧੀਆ ਮਜ਼ਾ ਆ ਜਾਏਗਾ ਇਹ ਹੈ ਪ੍ਰੋਬਲਮ ਇੱਕ ਨਾਰਮਲ ਇਨਸਾਨ ਗਲਤੀ ਕਰਕੇ ਕਹਿੰਦਾ ਯਾਰ ਇਹ ਨਹੀਂ ਕਰਨੀ ਪਰ ਨਵੀਂ ਭਾਵੇਂ ਕਰਨਾ ਹੈ ਨਹੀਂ ਕਰਨੀ ਪਰ ਇੱਕ ਸੈਕਰੀਟਿਕ ਪੇਸ਼ੈਂਟ ਜਾਂ ਇੱਕ ਐਡਿਕਟ ਉਹੀ ਗਲਤੀ ਨੂੰ ਬਾਰ-ਬਾਰ ਦੁਹराई ਜਾਏਗਾ ਤੇ ਸੋਚੇਗਾ ਕਿ ਇੱਕ ਦਿਨ ਉਹਨੂੰ ਸਕੂਨ ਮਿਲ ਜਾਏਗਾ ਤੁਹਾਨੂੰ ਕੀ ਲੱਗਦਾ ਉਹਨੂੰ ਸਕੂਨ ਮਿਲੇਗਾ ਬਸ ਆ ਫਰਕ ਹੈ ਹੁਣ ਤੁਸੀਂ ਦੇਖੋ ਕਿੰਨੇ ਕੋ ਮੋਟੇ ਮੋਟੇ ਡਿਫਰੈਂਸ ਹੈਗੇ ਆ ਜੇ ਆਪਾਂ ਪਛਾਣਨਾ ਹੋਏ ਕਿਸੇ ਵੀ ਤੁਸੀਂ ਸੋਸਾਇਟੀ ਜਾਓ ਤੁਹਾਨੂੰ ਪਤਾ ਲੱਗ ਜੀਗਾ ਕਿ ਇਹ ਐਡਿਕਟਿਵ ਹੈ ਇਹਨੂੰ ਐਡਿਕਸ਼ਨ ਹੈ ਕਿ ਇਹ ਵੈਸੇ ਪੀ ਰਿਹਾ ਹੈ